ਕਿਹੜਾ ਕਹਿੰਦਾ ਬਗਾਗਰਤ ਲੌਂਗ ਵਿਟ ਲੱਗੀ ਜਾਂਦੀ ਹੈ ਕਿਵੇਂ ਲੱਗਦੀ ਹੈ ਇਹ ਲੱਗੀ ਹੈ ਤਾਂ ਲੌਂਗ ਵਿਟ ਫੇਰ ਹੀ ਗਰੀ ਬਣੂਗੀ ਜਾਂ ਸਕੂਲ ਦਾ ਵਿਕਾਸ ਹੋਇਆ ਘੱਟ ਵੜਕਦੀ ਹੈ ਜੇ ਇੱਕ ਬੰਦਾ ਬਿਮਾਰ ਹੋ ਜੇ ਉਹਨੂੰ ਕੋਈ ਅਜਿਹੀ ਅਟੈਕ ਵਗੈਰੇ ਦੀ ਪ੍ਰੋਬਲਮ ਆ ਜਾਏ ਤਾਂ ਉਹਦੀ ਸਾਰੀ ਉਮਰ ਦੀ ਕੀਤੀ ਕਮਾਈ ਖੇਚ ਪੈ ਜਾਂਦੀ ਹੈ ਜਿਹੜੇ ਉਹਨੇ 5-4 ਲੱਖ ਜੋੜੇ ਹੁੰਦੇ ਆ ਉਹ ਲੱਗ ਜਾਂਦੇ ਆ ਜਿਹੜੇ ਨੇ ਨਹੀਂ ਜੋੜੇ ਉਹਦੇ ਫਿਰ ਬੱਚੇ ਲਾਉਂਦੇ ਤੁਰੇ ਨੌਜਵਾਨਾਂ ਵੀ ਗੱਲ ਕਰਾਂਗੇ ਜਿਵੇਂ ਪੰਜਾਬ ਦੇ ਵਿੱਚ ਬਾਕੀ ਸਟੇਟਾਂ ਨਾਲੋਂ ਕਹਿੰਦੇ ਆ ਵੀ ਬਹੁਤ ਜ਼ਿਆਦਾ ਨਸ਼ਾ ਪੰਜਾਬ ਦੇ ਚਿੱਟੇ ਨੂੰ ਲੈ ਕੇ ਬਹੁਤ ਜ਼ਿਆਦਾ ਨੌਜਵਾਨ ਨੂੰ ਮਾੜਾ ਦੇਖਿਆ ਜਾਂਦਾ ਨੌਜਵਾਨਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਨਾ ਤਾਂ ਤੁਸੀਂ ਇਹ ਨਸ਼ਿਆਂ ਸੰਬੰਧੀ ਸਰਕਾਰਾਂ ਪ੍ਰਤੀ ਕੀ ਰਾਏ ਦਿਓ ਕਿਸ ਤਰ੍ਹਾਂ ਜਿਵੇਂ ਆਪਣੇ ਵਿਕਾਸ ਝਾੜੂ ਵਾਲੇ ਤੁਹਾਨੂੰ ਕੀ ਲੱਗਦਾ ਵੀ ਝਾੜੂ ਵਾਲੇ ਵਿਕਾਸ ਕਰ ਸਕਣਗੇ ਆਉਣ ਤੋਂ ਤੁਹਾਡਾ ਬਲਦ ਨਹੀਂ ਖੜ ਰਿਹਾ ਕੋਈ ਗੱਲ ਨਹੀਂ ਜਾਓ ਮਾਤਾ ਭਾਵੁਕ ਵੀ ਹੋ ਰਹੇ ਨੇ ਅਤੇ ਹੈਲਥ ਸੰਬੰਧੀ ਵੀ ਤੁਹਾਨੂੰ ਦਿੱਕਤਾਂ ਆ ਰਹੀਆਂ ਨੇ ਮਾਤਾ ਜੀ ਠੀਕ ਹੈ ਅਸੀਂ ਚਾਹੁੰਦੇ ਵੀ ਉਮੀਦ ਦੀ ਸਰਕਾਰ ਬਣੀ ਜਾਵੇ ਜਾਂ ਬਣਾਈ ਜਾਵੇ ਜਿਹੜੀ ਸਾਡੀ ਬੇਰੁਜ਼ਗਾਰੀ ਖਤਮ ਕਰ ਸਕੇ ਹੁਣ ਅਸੀਂ ਪੜ੍ਹ ਲਿਖ ਕੇ ਘਰੇ ਬੈਠੇ ਸਾਨੂੰ ਕੋਈ ਨੌਕਰੀ ਨਹੀਂ ਕੋਈ ਨੌਕਰੀ ਨਹੀਂ ਅਸੀਂ ਬੇਰੁਜ਼ਗਾਰ ਠੀਕ ਹੈ ਸਾਨੂੰ ਕੋਈ ਕੰਮ ਨਹੀਂ ਹੈਗਾ ਹੁਣ ਮੰਨ ਲਓ ਵੀ ਜਿਵੇਂ ਗੰਦਗੀ ਪਈ ਆ ਚਾਰ ਸਵੇਰੇ ਗੰਦਗੀ ਪਈ ਆ ਇਹ ਬਿਮਾਰੀ ਆ ਇਹ ਕੰਮ ਜਾਇਆ ਜਾਣਾ ਵੀ ਇਹ ਹੋਣੇ ਚਾਹੀਦੇ ਇਸ ਤਰ੍ਹਾਂ ਦੀ ਗੰਦਗੀ ਤੁਸੀਂ ਕਿਸ ਗੰਦਗੀ ਕਹਿ ਰਹੇ ਹੋ ਵੀ ਨਿੱਕੇ ਹਸਪਤਾਲਾਂ ਦਾ ਤੁਸੀਂ ਹੈਰਾਨ ਹੋ ਚੰਡੀਗੜ੍ਹ ਜਾਂਦੇ ਆ ਉਦੋਂ ਬੰਦਾ ਦਾ ਕੰਮ ਵੱਧ ਜਾਂਦਾ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀਗੀ ਬਠਿੰਡੇ ਤਲਵੰਡੀ ਸਾਬੋ ਵੱਲ ਮੂੰਹ ਕਰਕੇ ਮੈਂ ਇੱਥੋਂ ਤਲਵੰਡੀ 35 ਕਿਲੋਮੀਟਰ ਦੂਰ ਆ ਕਹਿੰਦਾ ਮੈਂ ਗੁਟਕਾ ਸਾਹਿਬ ਦੀ ਸਹੁੰ ਖਾਂਦਾ ਇਹਦਾ ਨਸ਼ੇ ਦਾ ਮੈਂ ਲੱਤ ਭੁਗਤ ਰੱਖੀ 4 ਹਫ਼ਤਿਆਂ ਦੇ ਵਿੱਚ ਇਹ ਨਤੀਜਾ ਉਹਨੂੰ ਭੁਗਤਣਾ ਵੀ ਪੈ ਗਿਆ 5 ਸਾਲਾਂ ਦੇ ਵਿੱਚ ਵਿੱਚ ਉਸਦੇ ਕੈਪਟਨ ਅਮਰਿੰਦਰ ਸਿੰਘ ਖਾਲੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨੰਦ ਸਿੰਘ ਕੌੜੀ ਗੱਲ ਕਰਦੇ ਹਾਂ ਵਿਧਾਨ ਸਭਾ ਇਲੈਕਸ਼ਨਾਂ ਦੀ ਅੱਜ ਹਲਕਾ ਸਰਦੂਲਗੜ੍ਹ ਦੇ ਪਿੰਡ ਸਰਦੂਲੇਵਾਲਾ ਵਿਖੇ ਪਹੁੰਚੇ ਹਾਂ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਬਾਬਾ ਜੀ ਆਪਣਾ ਜੀ ਕੀ ਨਾਮ ਬਾਬਾ ਜੀ ਲੀਲਾ ਸਿੰਘ ਤੇ ਬਾਬਾ ਜੀ ਜੋ ਇਲੈਕਸ਼ਨ ਆ ਰਹੇ ਵਿਧਾਨ ਸਭਾ ਦੇ ਹੈ ਨਾ ਇਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਆਉਣ ਵਾਲੀਆਂ ਸਰਕਾਰਾਂ ਤੋਂ ਕਿਸ ਤਰ੍ਹਾਂ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਸ ਤਰ੍ਹਾਂ ਦਾ ਆਪਾਂ ਨੂੰ ਕੈਂਡੀਡੇਟ ਚਾਹੀਦਾ ਜਾਂ ਸਰਕਾਰਾਂ ਜਿਹੜੀਆਂ ਪਹਿਲਾਂ ਵੀ ਰਹੀਆਂ ਨੇ ਕਿਸ ਤਰ੍ਹਾਂ ਦਾ ਉਹਨਾਂ ਨੇ ਵਿਕਾਸ ਕੀਤਾ ਇਹਦੇ ਬਾਰੇ ਤੁਸੀਂ ਦਿਓ ਜੀ ਸਾਨੂੰ ਜਾਣਕਾਰੀ ਕੋਈ ਬਖਾਸ ਤਾਂ ਜੀ ਨਾ ਪਿਛਲੇ ਨਾ ਅਗਲੇ ਮਤਲਬ ਕਹਿਣ ਤੋਂ ਭਾਵ ਵੀ ਠੀਕ ਠੀਕ ਹੀ ਆ ਕੁਛ ਨਹੀਂ ਸੋਚੋ ਖਤਮ ਹੀ ਹੈ ਇਦੋਂ ਪਹਿਲਾਂ ਦੇਖੋ ਆਪਣੇ ਪਿਛਲੇ ਕਾਂਗਰਸ ਦੀ ਸਰਕਾਰ ਰਹੀ ਹੈ ਆਪਣੇ ਬਿਕਰਮ ਮੋਫਰ ਜੀ ਵੀ ਚੇਅਰਮੈਨ ਰਹੇ ਆ ਅਤੇ ਉਹ ਆਪਣੇ ਕਹਿੰਦੇ ਆ ਵੀ ਪਿਛਲੇ 1 ਸਾਲ ਤੋਂ ਵੈਸੇ ਤਾਂ ਉਹ 2 ਸਾਲਾਂ ਤੋਂ ਨੇ ਉਹ ਕਹਿ ਰਹੇ 1 ਸਾਲ ਮੇਰਾ ਕਰੋਨਾ ਕਾਲ ਦੇ ਵਿੱਚ ਟੱਪ ਗਿਆ ਸੀ ਤਾਂ ਉਹ ਕਹਿੰਦੇ 1 ਸਾਲ ਤੋਂ ਅਸੀਂ ਪਿੰਡਾਂ ਦੇ ਵਿੱਚ ਗਰਾਊਂਡ ਵੀ ਦਿੱਤੇ ਆ ਹੋਰ ਵੀ ਪਿੰਡਾਂ ਦੀਆਂ ਜੋ ਬਹੁਤ ਸਾਰੀਆਂ ਸਮੱਸਿਆ ਅਸੀਂ ਉਹਨਾਂ ਨੂੰ ਹੱਲ ਕਰ ਚੁੱਕੇ ਹਾਂ ਨਹੀਂ ਕਰੇ ਹੋਣਗੇ ਜੀ ਆਹ ਗਲੀ ਪੱਟ ਕੇ ਬਣਾ ਦੇਣ ਕੀ ਵਿਕਾਸ ਹੈ ਤਾਂ ਬਣੀ ਹੈ ਸਾਡੀ ਜਾਂ ਗਰਾਊਂਡ ਪੱਟ ਕੇ ਬਣਾ ਤਾ ਜਾਂ ਕਲੀ ਕਰਤੀ ਕੋਈ ਸੈਸ਼ਨ ਨਹੀਂ ਤੁਸੀਂ ਇਸ ਨੂੰ ਕੋਈ ਵਿਕਾਸ ਨਹੀਂ ਮੰਨਦੇ ਸਮਝਣਾ ਅਸੀਂ ਨਹੀਂ ਮੰਨਦੇ ਸਾਡੀ ਬਣੀ ਹੋਈ ਹੈ ਇਹ ਫਿਰ ਜਿਹੜੀ ਆਉਣ ਵਾਲੀ ਸਰਕਾਰ ਹੈ ਉਸ ਤੋਂ ਤੁਸੀਂ ਕਿਸ ਤਰ੍ਹਾਂ ਦੀ ਉਮੀਦ ਕਰਦੇ ਹੋ ਵੀ ਕਿਸ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ ਹੈ ਆਪਣੇ ਇਸ ਹਲਕੇ ਦੇ ਵਿੱਚ ਕੀ ਕਮੀ ਹੈ ਜਿਹੜੀਆਂ ਕਮੀਆਂ ਆਪਾਂ ਨੂੰ ਪੂਰੀਆਂ ਕਰ ਸਕਣ ਜੀ ਸਰਕਾਰ ਤਾਂ ਜਣੇ ਹੁਣ ਜਿਹੜਾ ਆਪਣਾ ਮਾਲਵਾ ਰਹਿ ਗਿਆ ਇਹ ਮਲਵਈ ਇਹ ਤਾਂ ਵੱਖਰਾ ਹੀ ਰਹਿ ਗਿਆ ਸਰਕਾਰ ਤਾਂ ਬਾਹਰੋਂ ਬਣ ਕੇ ਆਊ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਲੈਕਸ਼ਨ ਚੱਲ ਰਹੇ ਆ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹੋ ਵੋਟ ਜਿਹਨੂੰ ਵੀ ਪਾਉਣੀ ਤੁਸੀਂ ਉਹ ਤੁਹਾਡਾ ਅਧਿਕਾਰ ਹੈ ਪਰ ਤੁਸੀਂ ਜਿਹੜੀ ਆਉਣ ਵਾਲੀ ਸਰਕਾਰ ਹੈ ਉਹ ਕਿਸ ਤਰ੍ਹਾਂ ਦੀ ਚਾਹੁੰਦੇ ਹੋ ਕੀ ਉਮੀਦਾਂ ਕਰਦੇ ਹੋ ਉਹਨਾਂ ਤੋਂ ਝਾੜੂ ਵਾਲਿਆਂ ਨੂੰ ਕਿਸ ਤਰ੍ਹਾਂ ਜਿਵੇਂ ਆਪਣੇ ਵਿਕਾਸ ਝਾੜੂ ਵਾਲੇ ਤੁਹਾਨੂੰ ਕੀ ਲੱਗਦਾ ਵੀ ਝਾੜੂ ਵਾਲੇ ਵਿਕਾਸ ਕਰ ਸਕਣਗੇ ਆਉਣ ਤੋਂ ਬਾਅਦ ਦੇਖੋ ਕਰ ਦੇਣਗੇ ਭਾਈ ਤੁਹਾਡਾ ਬਲਦ ਨਹੀਂ ਖੜ ਰਿਹਾ ਕੋਈ ਗੱਲ ਨਹੀਂ ਜਾਓ ਜੀ ਲਕਸ਼ਣਾਂ ਸਰਕਾਰ ਉਹ ਚਾਹੁੰਦੀ ਆ ਇੱਕ ਤਾਂ ਸਾਨੂੰ ਭਕਾਈ ਨਾ ਕਰਾਵੇ ਕੋਈ ਜਿਵੇਂ ਜੇ ਮੰਨ ਲਓ ਕੋਈ ਅਸੀਂ ਕਚਹਿਰੀਆਂ ਜਾਂਦੇ ਹਾਂ ਕੋਈ 2-4 ਦਿਨ ਨੂੰ ਆਇਆ ਜੀ ਫਿਰ ਜਾਂਦੇ ਹਾਂ ਆਪਾਂ ਨੂੰ ਕਈ ਵਾਰੀ ਫਿਰ ਉਹ ਫੋਨ ਚੱਕਣੇ ਹੋ ਜਾਂਦੇ ਆ ਸਾਡੇ ਐਸਾ ਉਹ ਚਾਹੁੰਦੇ ਜਾਂ ਸਾਡੇ ਭਾਈ ਬੈਠੇ ਦਾ ਘਰ ਕੰਮ ਹੋਵੇ ਕਰੇ ਕੋਈ ਪੈਸਾ ਨਾ ਲੱਗੇ ਗਰੀਬ ਆਦਮੀ ਆ ਸਾਰੇ ਪਿੰਡਾਂ ਦੇ ਵਿੱਚ ਜਿੰਨੇ ਵੀ ਰਹਿੰਦੇ ਆ
ਅਸਾਂ 70% ਟਾਈਮ ਪਾਸ ਹੀ ਹੈ। ਇਹ ਇਦੋਂ ਪਹਿਲਾਂ ਦੇਖੋ ਕਾਂਗਰਸ ਦੀ ਸਰਕਾਰ ਰਹੀ ਹੈ, ਤੁਸੀਂ ਕਹਿੰਦੇ ਹੋ ਵੀ ਸਾਡਾ ਕੰਮ ਜਾਂਦਾ ਹੀ ਹੋ ਜਾਏ, ਕੀ ਪਹਿਲਾਂ ਤੁਹਾਡਾ ਕੰਮ ਹੁੰਦਾ ਨਹੀਂ ਰਿਹਾ? ਨਹੀਂ ਹੁੰਦਾ, ਕਿਸੇ ਸਰਕਾਰ ਦੇ ਹੁੰਦਾ ਕਾਡੀ ਨਾਲ ਕਿਹੜਾ ਹੁੰਦਾ ਸੀ, ਬਾਦਲ ਦੇ ਕਿਹੜਾ ਹੁੰਦਾ ਸੀਗਾ, ਇਹ ਵੀ ਗੇੜੇ ਮਰਵਾਉਂਦੇ ਸੀ ਅਤੇ ਕਾਡੀ ਵੀ ਗੇੜੇ ਮਰਵਾਉਂਦੇ ਆ ਅਤੇ ਕਾਂਥੀ ਵੀ ਗੇੜੇ ਮਰਵਾਉਂਦੇ। ਕੋਈ ਸਰਕਾਰ ਤੱਕ ਨਹੀਂ ਆਈ ਜਿਹੜੇ ਗੇੜੇ ਨਾ ਮਰਵਾਉਂਦੀ ਹੋਵੇ, ਵਿੱਚੋਂ ਬੜੋ ਵਿਚੋਲਾ ਰੱਖਣਗੇ ਪੈਸੇ ਖਾਣ ਵਾਲੇ, ਵੀ ਭਾਈ ਤੂੰ ਇੰਨੇ ਖਾ ਲਈ ਸਾਡਾ ਕੰਮ ਹੋ ਜਾਵੇ, ਇਹੋ ਜਿਹੇ ਕੰਮ ਹੁੰਦੇ ਇੱਥੇ। ਕੇਜਰੀਵਾਲ ਵੀ ਹੁਣ ਕਹਿ ਕੇ ਗਿਆ ਕੀ ਪਤਾ ਇਹਦਾ, ਕੱਲ੍ਹ ਪਰਸੋਂ ਆਏ ਸੀਗੇ ਆਪਣੇ ਉਹ ਸੋਰੀ ਕਾਡੀਆਂ ਵਾਲੇ, ਉਹ ਇਹਨੂੰ ਨਿੰਦੇ ਜਾਂਦੇ ਸੀ, ਉਹ ਉਹਨੂੰ ਨਿੰਦੇ ਜਾਂਦੇ ਆ, ਸੱਚ ਕੋਈ ਨਹੀਂ ਬੋਲਦਾ ਹੈ। ਤੁਸੀਂ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹੋ? ਦੇਖੋ ਦੇਖਿਆ ਜਾਵੇ ਤਾਂ ਇੱਥੇ ਕਈ ਪਾਰਟੀਆਂ ਨੇ, ਜਿਵੇਂ ਆਪਣੇ ਅਕਾਲੀ ਦਲ ਹੋ ਗਏ, ਕਾਂਗਰਸ ਹੋ ਗਏ, ਆਮ ਆਦਮੀ ਪਾਰਟੀ ਹੈ, ਇੱਕ ਕਿਸਾਨਾਂ ਦੀ ਵੀ ਪਾਰਟੀ ਆ ਰਹੀ ਹੈ, ਅਤੇ ਉਹਨਾਂ ਨੂੰ ਤੁਸੀਂ ਕਿਵੇਂ ਦੇਖੋ? ਉਹਨਾਂ ਦਾ ਕੀ ਕਰਨਗੇ, ਉਹ ਤਾਂ ਕਸੇ ਪਏ ਹੈ। ਇਹਦਾ ਹੁਣ ਨਾ ਅਸੀਂ ਉਹੀ ਚਾਹੁੰਦੇ ਹਾਂ ਜਿਹੜੇ ਕਿ ਸਾਨੂੰ ਮਦਦ ਕਰਨ। ਅੱਛਾ ਬੈਠੇ ਹਾਂ ਬੁੜੇ ਆਦਮੀ ਹਾਂ ਭਰਾਵਾ, 70-75 ਸਾਲ ਦੀ ਉਮਰ ਹੈ, ਅੱਛਾ ਚਾਹੁੰਦੇ ਹਾਂ ਬੈਠੇ ਖਾਈਏ ਅਤੇ ਸਭ ਕੁਛ ਮਿਲੇ। ਮਾਤਾ ਜੀ ਵੀ ਨੇ, ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ, ਮਾਤਾ ਜੀ ਵੀ ਕੁਛ ਕਹਿਣਾ ਚਾਹੁੰਦੇ ਨੇ ਸਰਕਾਰ ਬਣਾਉਣ ਪ੍ਰਤੀ, ਇਹ ਵੀ ਆਪਣੇ। ਹਾਂਜੀ ਮਾਤਾ ਜੀ, ਮਾਤਾ ਜੀ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹੋ? ਬਸ ਇਹ ਹੀ ਚਾਹੁੰਦੇ ਵੀ ਜਿਹੜਾ ਆਪਣਾ ਕੰਮ ਆਖੀਏ ਤਾਂ ਹੋ ਜਾਵੇ, ਬਸ ਹੋਰ ਆਪਾਂ ਨੂੰ ਕੀ ਚਾਹੀਦਾ, ਆਹ ਮੇਰਾ ਬੇਟਾ ਹੈ, ਇਹਦੇ ਦਿਮਾਗ 'ਤੇ ਟੈਨਸ਼ਨ ਹੈ। ਤਾਂ ਹੈਲਥ ਸੰਬੰਧੀ ਤੁਸੀਂ ਮਤਲਬ ਮਾਤਾ ਭਾਵੁਕ ਵੀ ਹੋ ਰਹੇ ਨੇ, ਅਤੇ ਹੈਲਥ ਸੰਬੰਧੀ ਵੀ ਤੁਹਾਨੂੰ ਦਿੱਕਤਾਂ ਆ ਰਹੀਆਂ ਨੇ? ਦਿੱਕਤਾਂ ਬਹੁਤ ਜ਼ਿਆਦਾ ਹੋ ਰਹੀ ਸਾਨੂੰ, ਹਾਂ ਦੇਖੋ ਮਾਤਾ ਜੀ ਬਾਹਰ ਜਾ ਨਹੀਂ ਸਕਦੇ, ਆ ਨਹੀਂ ਸਕਦੇ, ਬੁੜੇ ਬੰਦੇ ਆ, ਬਿਮਾਰ ਹੋ ਜਾਈਏ ਤਾਂ ਵੀ ਮੁਸ਼ਕਿਲ ਹੋ ਜਾਂਦੀ ਸਾਨੂੰ। ਤੁਸੀਂ ਦੇਖੋ ਜੋ ਮੋਦਵਾਰ ਨੇ ਬੰਦੇ ਪਾਰਟੀਆਂ ਦੇ ਜਾਂ ਜੋ ਵੀ ਇਦੋਂ ਪਹਿਲਾਂ ਸਰਕਾਰ ਰਹੀ ਹੈ, ਤੁਸੀਂ ਉਹਨਾਂ ਤੋਂ ਆਪਣੀ ਐਤਾ ਪ੍ਰਤੀ ਕੋਈ ਗੱਲ ਨਹੀਂ ਕੀਤੀ? ਉਹ ਤਾਂ ਠੀਕ ਹੈ, ਕਰਾਂਗੇ ਕਰਾਂਗੇ, ਬਾਅਦ 'ਚ ਤਾਂ ਕੋਈ ਨਹੀਂ ਕਰਦਾ, ਬਾਅਦ 'ਚ ਨਹੀਂ ਕਰਦਾ ਕੋਈ ਵੀ। ਦੇਖੋ ਸਰਕਾਰੀ ਸਹੂਲਤਾਂ ਵੀ ਮਿਲਦੀਆਂ ਨੇ ਹੈਲਥ ਨੂੰ ਲੈ ਕੇ, ਇਸ ਤਰ੍ਹਾਂ ਦੀਆਂ ਤੁਹਾਨੂੰ ਕੋਈ ਸਰਕਾਰੀ ਸਹੂਲਤਾਂ ਨਹੀਂ ਮਿਲੀਆਂ? ਹਾਂ ਕੁਛ ਨਹੀਂ ਮਿਲਿਆ ਸਾਨੂੰ, ਕੁਛ ਨਹੀਂ ਮਿਲਿਆ। ਆਹ ਸਾਡਾ ਮੁੰਡਾ ਜਿਹੜਾ ਬੈਠਾ, ਕਮਾਈ ਨਹੀਂ ਕਰ ਸਕਦਾ ਕੁਛ ਨਹੀਂ, ਵਿਹਲੇ ਬੈਠੇ ਹਾਂ ਅਸੀਂ, ਦੋ ਟਾਈਮ ਪਾਸ ਕਰਦੇ ਹਾਂ, ਦੋਵੇਂ ਜੀ ਕੁੜੀਆਂ ਵਿਆਹਤੀਆਂ। ਉਹੀ ਬਿਲਕੁਲ ਮਾਤਾ, ਅਸੀਂ ਸਾਰਾ ਕੁਛ ਹੈ, ਉਹਨਾਂ ਨੇ ਸਾਡੇ ਤਾਂ ਕੋਲ ਪੈਸੇ ਵੀ ਨਹੀਂ ਹੈਗੇ ਜਿਹੜੇ ਦਵਾਈ ਦਵਾਉਂਦੇ ਆ, 2000 ਲੱਗਦਾ ਮਹੀਨੇ ਦਾ, ਹਾਂ ਕੋਈ ਨਹੀਂ ਸੁਣਦਾ, 2000 ਅਸੀਂ ਕਿੱਥੋਂ ਲਈ, ਵਿਹਲੇ ਬੈਠੇ ਹਾਂ, ਬੁੜੇ ਹੋ ਗਏ, ਇਹਨਾਂ ਲੱਕ 'ਚ ਖੂਨ ਆ ਜਾਂਦਾ ਹੈ, ਇਹਨਾਂ ਨਾਲ 2-2 ਕਿਲੋ 3-3 ਕਿਲੋ ਬਲੱਡ ਪ੍ਰੈਸ਼ਰ ਵੱਧ ਕੇ। ਦੇਖੋ ਆਪਾਂ ਗੱਲ ਕਰੀਏ, ਪਿਛਲੀ ਵਾਰ ਕਾਂਗਰਸ ਸਰਕਾਰ ਰਹੀ ਹੈ, ਉਹਨਾਂ ਨੇ ਵੀ ਕਿਹਾ ਸੀ ਬਿਜਲੀ ਦੇ ਬਿੱਲ ਮਾਫ਼ ਕਰ ਦਾਂਗੇ, ਹੈ ਨਾ, ਬਿਜਲੀ ਦੇ ਬਿੱਲ ਮਾਫ਼ ਕੀਤੇ ਚੰਨੀਆਂ ਨੇ ਕਿਹਾ ਜਾਂ ਹੋਰ ਉਹਨਾਂ ਨੇ ਐਲਾਨ ਕੀਤੇ, ਉਹਨਾਂ 'ਚੋਂ ਤੁਹਾਨੂੰ ਕਿੰਨਾ ਕੁ ਫਾਇਦਾ ਮਿਲਿਆ, ਕੀ ਸੱਚ ਦੇਖਦੇ ਉਹਨਾਂ ਨੂੰ ਇਹਦੇ 'ਚੋਂ ਕਾਂਗਰਸ 'ਚੋਂ? ਕਾਂਗਰਸ ਵਾਲੇ ਤੁਸੀਂ? ਨਹੀਂ ਅਸੀਂ ਤਾਂ ਪੱਤਰਕਾਰ ਹਾਂ ਜੀ, ਅਸੀਂ ਤਾਂ ਤੁਹਾਡੀਆਂ ਗੱਲਾਂ ਲੈ ਕੇ ਉਹਨਾਂ ਨੂੰ ਦਿਖਾਉਣੀਆਂ। ਠੀਕ ਹੈ, ਕੋਈ ਨਹੀਂ ਕਰਦਾ ਕੰਮ, ਨਹੀਂ ਕਰਦਾ ਕੋਈ ਵੀ, ਆਹ ਅਸੀਂ ਕਰਾਂਗੇ, ਹਾਂ ਜ਼ਰੂਰ ਕਰਾਂਗੇ, ਆਹ ਕਰਾਂਗੇ ਉਹ ਕਰਾਂਗੇ, ਬਾਅਦ 'ਚ ਜਦੋਂ ਜਿੱਤ ਜਾਂਦੇ ਨੇ ਕੋਈ ਨਹੀਂ ਸੁਣਦਾ ਕਿਸੇ ਨੇ। ਹੁਣ 5-6 ਪਾਰਟੀਆਂ ਨੇ ਜੀ, ਦੇਖੋ ਜਿਵੇਂ ਮੇਨ ਦੇਖਿਆ ਜਾਵੇ ਅਕਾਲੀ ਦਲ, ਕਾਂਗਰਸ, ਆਮ ਆਦਮੀ, ਕਿਸਾਨਾਂ ਦੀ ਪਾਰਟੀ ਹੈ, ਤੁਸੀਂ ਕਿਸ ਤਰ੍ਹਾਂ ਦੀ ਪਾਰਟੀ ਨੂੰ ਚਾਹੁੰਦੇ ਹੋ ਵੀ ਉਹ ਪਾਰਟੀ ਤੁਹਾਡਾ ਵਿਕਾਸ ਕਰ ਸਕਦੀ ਆਉਣ ਵਾਲੇ ਸਮਾਂ 'ਚ? ਅਸੀਂ ਕਾਂਗਰਸ ਨੂੰ ਚਾਹੁੰਦੇ ਹਾਂ, ਅੱਗੇ ਵੀ ਉਹਨਾਂ ਨੂੰ ਪਾਣੇ ਤੇ ਰਹੇ ਆ, ਵੋਟਾਂ ਦਾ ਸਮਾਂ ਆ ਚੁੱਕਿਆ, ਸਰਕਾਰ ਜਿਹੜੀ ਪੰਜਾਬ ਸਰਕਾਰ ਬਣਾਉਣੀ ਹੈ ਉਹ ਤੁਹਾਡੇ ਹੱਥਾਂ 'ਚ ਹੈ, ਅਤੇ ਤੁਸੀਂ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹੋ, ਕਿਸ ਪਾਰਟੀ ਨੂੰ ਮਤਲਬ ਜਿਹੜੀ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਵਿਕਾਸ ਕਰ ਸਕੇ ਇਸ ਹਲਕੇ ਦਾ ਵਿਕਾਸ? ਅਸੀਂ ਤਾਂ ਚੰਨੀ ਨਹੀਂ ਚਾਹੁੰਦੇ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਬਾਈ ਜੀ ਤੁਹਾਡਾ? ਜੀ ਹਰਭਜਨ ਸਿੰਘ ਜੀ। ਅਤੇ ਬਾਈ ਜੀ ਜਿਵੇਂ ਇਲੈਕਸ਼ਨ ਆ ਰਹੇ ਨੇ, ਹੈ ਨਾ, 20 ਤਰੀਕ ਨੂੰ ਵੋਟਾਂ ਪੈਣੀਆਂ, ਅਤੇ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹੋ ਤੁਸੀਂ ਆਪਣੇ ਹਲਕੇ ਸਰਦੂਲਗੜ੍ਹ ਵਾਸਤੇ? ਸਰਕਾਰ ਤਾਂ ਉਹੀ ਹੋਵੇ ਜਿਹੜੀ ਕੋਈ ਚੰਗੇ ਕੰਮ ਕਰੇ, ਉਹੀ ਸਰਕਾਰ ਚਾਹੀਦੀ ਹੈ ਜੀ। ਹੁਣ ਪਹਿਲਾਂ ਕਿੰਨਾ ਚਿਰ ਸਰਕਾਰਾਂ ਰਹੀਆਂ ਨੇ ਜੀ, 70-75 ਸਾਲ ਹੋ ਗਏ, ਉਹਨਾਂ ਨੇ ਕੀ ਕੀਤਾ? ਜਿੰਨੇ ਵੀ ਹੈਗੇ ਹੈਗੇ ਲੋਕ ਹੁਣ ਤਾਂ ਬਦਲਾਅ ਭਾਲਦੇ ਆ ਜੀ, ਕੋਈ ਬਦਲਾਵ ਹੋਵੇ ਜੀ, ਆਹੀ ਚੀਜ਼ ਆ ਜੀ, ਇਹਨਾਂ ਨੂੰ ਤਾਂ ਦੇਖ ਲਿਆ।
देखो पिछले साल कांग्रेस की सरकार रही सी, कांग्रेस की सरकार ने किस तरह का विकास किया जी, तुहाडे इस पिंड दे विच किस तरह का विकास होया, सानू उहदे बारे भी थोड़ी जानकारी। हुण देखो जी होया ही है जी थोड़ा बहुत, तो जिवें जिवें मतलब सरपंच करवाई जाते हैं ज़्यादा तो जी जो मोहतवार के सारे होंगे जी, जे अगे मोहतवार मतलब होम करवा बड़ा सारे होंगे जी। इस इलाके किस चीज़ दी कमियां ने जो तुम आने वाली सरकार तो उम्मीद करते हो भी वह कमियां दूर हो सकती? ये हूँ देख लो जी पानी की ला लो जी, हूँ जिदा का वाटर बॉक्स लगे जी ये माड़ा ही है जी, पानी कोई चंगा पानी तो है नहीं साढ़े, तो मतलब पिंड हो जो कोई नहरी पानी हो जी वधिया पानी हो जी, है यही चीज़ चाहिए जी। पार्टियां की गल करिए जी, लगभग पांच छह पार्टियां जड़ियां इहो जी पार्टियां नवी पार्टियां भी आ रही ने, अकाली दल होगी, कांग्रेस, अपने आम आदमी होगी, फिर किसानों की पार्टी भी एक आ रही है, किसानों की पार्टी नूं तुसीं किस तरह किसानों की पार्टी वधिया जी वधिया करिया जी वधिया कम होया जी, हुण तां जिन्ना करिया माड़ा मोटा जाके इन्हां ने उत्ते दिल्ली धरना ला के बहुत वधिया कम करिया जी। हाँ जी भाई जी, हाँ जी सत श्री अकाल बाबा जी। किस तरह की आने वाली सरकार आपां नूं चाहिए जी? आने वाली सरकार है जिहड़ी ओह चाहिए है जो जनता दे कम करे, जेकर देख लीए जिमीदार पक्षों जिवें मैं जिमीदार हाँ जां सारा जिमीदार भाईचारा है, सानू खुलियां मंडियां चाहीदियां जिवें कि अंतरराष्ट्रीय मंडी दिल्ली है, पंजाब दे विच कोई भी अंतरराष्ट्रीय मंडी नहीं है। जेकर इत्थों उपज की गल करो तो मैनू स्ट्रॉबेरी जाके चंडीगढ़ वेचनी पैंदी है जां दिल्ली वेचनी पैंदी है, जेकर बरनाला जां बठिंडा अंतरराष्ट्रीय मंडी होवे जां सरसे ही मान लो हरियाणे दे विच होवे तां सानू नेड़े दीआं मंडियां करनियां सौखियां हो जाण, ते गरीबां नूं लेबर 24 घंटे अवेलेबल मिले, इंडस्ट्री आवे, इंडस्ट्री आने नाल जिहड़े है इन्हां नूं रुजगार मिलता रहे, ये आपदा कम करते रहन। सो साडी उम्मीद तो यही है भी जो पंजाब दीआं मंगां दे खरा उतरदा वो सरकार सरकार चाहुंदी हो जो आने वाले समय दे विच अपना सब दा चंगा सोच सके। अज्ज तक कांग्रेस दी सरकार होणी, कांग्रेस दी सरकार पिछले कम साडा वाटर बॉक्स लगे, फिर साड़ी सड़क बनाई, फिर साड़ी गली नालियां बनियां, फिर साड़ा पुल बने, चंगी है। असी पिंडां च जाने हैं ना, बहुत सारे लोग इस तरह कहिंदे आ विकास करदा फिर उहदा हक भी बनदा है, चन्नी ने करे सानू 70-70 हज़ार रुपया नरमे का पाया, लोग कहिंदे आ जी चन्नी दा कल्ले ऐलान ही करदा जी विकास तां किते किते करदा, सारे माफ करे टूटी दा माफ करे बीजेपी बारे करे आ सड़कां बनाईआं ने आ कांग्रेस दीआं बनीआं ने। असी सरदुलगढ़ हल्के के किसी पिंड की गल करिए, उत्थे लोग कहिंदे आ भी चन्नी साहब ने कहा सी भी जिहड़े लाल लकीर दे विच ने उन्हां दीआं रजिस्ट्रियां होणगीआं ते उहनूं तुसीं करवा सकदे हो, उत्थे असी गए कहिंदे सानूं तां किसी ने न्याय नहीं दित्ता, किहड़ियां रजिस्ट्रियां साणूं तां कोई पुछदे नहीं, साडा होया पैसे मिले नहीं ना सारे, किहनूं नहीं मिले हैगे 70-80 तों घट्ट कोई नहीं मिले, सानूं मिले साडे पिंड दे ने मिले आ, किहड़ा कहिंदा तू मिले नहीं जी गल कही जाऊ है जे हो गल फिर रखा आने वाली सरकार, फिर तुम किस तरह सामी सरकार मांगते साढ़ा तो कम फिर भी हूँ बनया तो सरकार ने वो बनाता भैन जे बनी है गल तो फिर रखा जे ना बनी तो क्यों आखा है जे किसी तक भला होगा तो फिर ही आपका भला होगा है मुताबिक किते लॉकडाउन दी इट नहीं लगी हुई आदि पार्टी दौड़ चल दिया इधर कोई इट नहीं लगी साडे अज तक ਇਹਨਾਂ ਦਾ ਕਹਿਣਾ ਹੈ ਵੀ ਪੂਰਾ ਵਿਕਾਸ ਹੋਇਆ ਜੀ ਪਿੰਡ ਦਾ, ਕਾਂਗਰਸੀ ਬੰਦਾ ਹੈਗਾ ਇਹਦਾ ਕਹੂਗਾ ਆਪਦੇ ਪਾਰਟੀ ਨੂੰ ਉਹ ਇੱਥੇ ਇੱਟ ਕਿਹੜੀ ਲੱਗੀ ਆਪਣੇ ਇੱਟ ਲਵਾ ਇੱਥੇ ਇੱਧਰ ਬਾਈ ਸਾਡੇ ਵਿਹੜੇ 'ਚ ਕੋਈ ਇੱਟ ਨਹੀਂ ਲੱਗੀ ਇਹਦਾ ਕਾ
विकास कर सके नहीं देखो वीर यह ना भी अपने काम शुद्ध होण मान लो भी जिवे गंदगी पई है चार सफेरे गंदगी पई है यह बीमारी है कुल ये काम जायज आना भी यह होने चाहिए अपने किस तरह की गंदगी तुसी किस गंदगी कह रहे हो गंदगी पानी थां थां खड़ा वो गंदगी है उत्थे मच्छर पैदा होंदा बंदा बीमार होंदा ते उन्हों डेंगू दे रूप च बदल जांदा ते हस्पताल कोले होना चाहिए भी वधिया तो वधिया भी निक्के हस्पतालों का तो कोई फायदा नहीं हुण चंडीगढ़ जांदे आ उदों नूं बंदा दा काम वध जांदा है इदां दी गल्लां बहुत है पानी की समस्या बहुत है पानी चंगा होना चाहिए इत्थे है असीं इक नौजवान नाल भी गल करांगे जिवें पंजाब दे विच बाकी स्टेटां नालों कहिंदे आ भी बहुत ज़्यादा नशा है पंजाब दे इक चिट्टे नूं लै के बहुत ज़्यादा नौजवान नूं माड़ा देखा जांदा नौजवानों का नुकसान भी हो रहा है ना तां तुसीं इह नशा संबंधी सरकारां प्रति की राय दोगे नशा संबंधी यह राय है जी कैप्टन अमरिंदर सिंह ने गुटका साहब की सहुं खाधी सी बठिंडे तलवंडी सबोवल मूँह करके क्या इतों तलवंडी 35 किलोमीटर दूर है कहना मैं गुटका साहब की सहुं खाना कहना नशे का मैं लक तोड़ के रखूँ चार हफ्तों के नतीजा उन्होंने भुगतना भी पै गया 5 साल उस कैप्टन अमरिंदर सिंह खाली कुर्सियां संबोधन करना पै